ਅਸਲਾਮੁਆਲਿਕਮ ਨਾਦਰਿਨ ਮੈਂ ਮਿਰਜ਼ਾ ਕਮਰ ਸ਼ੇਰਜ਼ਾਦ ਤੇ ਮੇਰੇ ਨਾਲ ਮੌਜੂਦ ਨੇ ਚਾਚਾ ਸ਼ਕੂਰ ਚਾਚਾ ਦੀ ਗੁਜਰਾਤ ਦੀ ਤਹਿਸੀਲ ਖਾਰਕੀਆਂ ਦੇ ਵਿੱਚ ਖਵਾਜਾ ਸਰਾਵਾਂ ਨੇ ਪੁਲਿਸ ਸਟੇਸ਼ਨ ਤੇ ਹਮਲਾ ਕੀਤਾ 21 ਮਾਮਲਾ ਕੀ ਤੁਹਾਡੇ ਕੋਲ ਇਹਦੇ ਬਾਰੇ ਮਾਲੂਮਾਤ ਹੈ ਬਿਸਮਿਲ੍ਲਾ ਰਹਿਮਨ ਰਹੀਮ ਤੇ ਅਸਲਾਮੁਆਲਿਕਮ ਸਾਰੇ 5 ਮਈ 7 ਮਈ ਤੇ ਤੁਸੀਂ ਸੁਣਿਆ ਸੀ ਨੌ ਮਈ ਹਜ ਤੱਕ ਬਾਜ਼ਾਰਾਂ ਦੇ ਵਿੱਚ ਫਿਰ ਰਿਹਾ ਮਾਰਕੀਟ ਦੇ ਵਿੱਚ ਤੇ ਮੁੱਕ ਰਿਹਾ ਉਹਦੀ ਵਜ੍ਹਾ ਹੈ ਕਿ ਜਿਹਾਂ ਤੇ ਇਲਜ਼ਾਮ ਲਾਉਂਦੇ ਨੇ ਉਹ ਮੰਨਦੇ ਨਹੀਂ ਵਾਂਦੇ ਰਿਸੀ ਝੂਠੇ ਅਸੀਂ ਸੱਚੀ ਆ ਤੁਸੀਂ ਝੂਠੇ ਉਹ ਜਿਹਨਾਂ ਤੇ ਇਲਜ਼ਾਮ ਲੱਗਾ ਉਹ ਮਾਸੂਮ ਨੇ ਜੇਲ੍ਹਾਂ 'ਚ ਰੱਖਿਆ ਤੇ ਉਹਨਾਂ ਦੇ ਖਿਲਾਫ ਕੋਈ ਸਬੂਤ ਹਜ ਤੱਕ ਨਹੀਂ ਦੇ ਸਕਦੇ ਨਾ ਕਰਨਾ ਲੱਗੂ ਸਬੂਤੰਦਾ ਨਾ ਜਿੱਤਣ ਲੱਗਿਆ ਉਹ ਚਾਰੇ ਦੀ ਗੱਲ ਸੁਣਦੇ ਨੇ ਤੇ ਅਦਾਲਤਾਂ ਦੇ ਵਿੱਚ ਬਸ ਧਕੇ ਨਾਲ ਕੇਸ ਚਲਾਈ ਜਾ ਰਹੇ ਨੇ ਸਾਨੇ ਆ 5 ਮਈ ਜਿਹੜਾ ਖਾੜੀਆਂ ਚ ਹੋਇਆ ਉਹ ਕਰਨਾਲੇ ਵੀ ਮੌਜੂਦ ਨੇ ਤੇ ਬਿਲਕੁਲ ਦੋਵੇਂ ਹਾਥੇ ਇੱਕ ਦੂਜੇ 'ਤੇ ਮਾਰ ਕੇ ਕੁਛੀ ਸਾਰੀ ਆਂਦੇ ਨੇ ਵੀ ਅਸੀਂ ਕੀਤਾ ਐ ਸੌਫਟਵੇਅਰ ਅਸੀਂ ਅਪਡੇਟ ਕੀਤਾ ਇਸ ਥਾਂਨੇ 'ਤੇ ਹਮਲਾ ਅਸੀਂ ਕੀਤਾ ਤੇ ਕਿਉਂ ਕੀਤਾ ਤੇ ਕਿਸ ਤਰ੍ਹਾਂ ਕੀਤਾ ਉਹ ਸਾਰੀ ਕੋਈ ਸਿੱਧੀ ਵਿਵਰਤ ਦੀ ਗਾਇਬ ਨਹੀਂ ਹੋਈ ਸਭ ਕੁਝ ਮੌਜੂਦ ਹੈ ਤੇ ਮਾਮਲਾ ਵੀ ਸਾਨਿਆ 9 ਵਜੇ ਦੇ ਨੂੰ ਅਜੇ ਸਾਲ ਹੋ ਗਿਆ ਅਜੇ ਨਹੀਂ ਮੁੱਕਿਆ ਇਹ ਮਾਮਲਾ ਇੱਕੋ ਤਰ੍ਹਾਂ ਜੀ ਮੁੱਕਿਆ ਤੇ ਜਿਨ੍ਹਾਂ ਦੇ ਪੁਲਿਸ ਸਟੇਸ਼ਨ 'ਤੇ ਹਵਲਾ ਆਇਆ ਉਹ ਆਂਦੇ ਨੇ ਮਮੂਲੀ ਵਕਿਆ ਕੋਈ ਗਲਤੀ ਤੇ ਜਿਨਾ ਕੀਤਾ ਉਹਨਾਂ ਮਿਆ ਕੈਚ ਉਹਦੀ ਮੂਲੀ ਗੱਲ ਤੇ ਠੀਕ ਹੈ ਤੇ ਕਹਿਣ ਦਾ ਮਤਲਬ ਹੈ ਕਿ ਇਹ ਸਾਨਿਆ ਜਿਹੜਾ ਛੇਤੀ ਛੇਤੀ ਬੁਗਿਆ ਹੋਇਆ ਕੀ ਹੈ ਹੋਇਆ ਹੈ ਕਿ ਖਾਰੀਆਂ ਦੇ ਵਿੱਚ ਦੋ ਪੁੱਲ ਸਾਰੇ ਸਨ ਜੋ ਹਸਬੇ ਆਦਮ ਜਿਹੜਾ ਕੰਮ ਕਰਦੇ ਨੇ ਉੱਥੇ ਕੋਈ ਟ੍ਰਾਸਟ ਜੈਂਡਲ ਸੀ ਖਵਾਜ ਅਸਰਾਜ਼ੀ ਉਹਨੂੰ ਲੈ ਕੇ ਦੁਕਾਨ ਦੇ ਉੱਤੇ ਛੇੜਨਾ ਸ਼ੁਰੂ ਕਰ ਦਿੱਤਾ ਉਹਨੂੰ ਫੋਚੇ ਤੇ ਅਤਲਾਏ ਉਹਨਨ ਟਕਾ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਬੋਲ ਕੇ ਕਿ ਬ੍ਰੀਤਿਨ ਇਨਸਾਨ ਹੈ ਸਰਦਾਰ ਗੁਦਲੇ ਸਰਦਾਰ ਵੀਰ ਨੇ ਦਿਮਾਗ ਦਿੱਤਾ ਤੇ ਨਾ ਇਹ ਕੰਮ ਨਾ ਕਰੋ ਤੇ ਬਹੀ ਅਜਿਹੀ ਸਲਕ ਦੇ ਉੱਤੇ ਬਿਲਕੁਲ ਨਾ ਕਰੋ ਜਿਹੜੀ ਤੁਸੀਂ ਕਰਦੇ ਹੋ ਪਪੂਲ ਸਾਇਕੇ ਤੋਂ ਮੁੰਡਾ ਅੰਚੋਰ ਜਾਮ ਦੀ ਨੀ ਪੁਲਸ ਨੂੰ ਇੰਨਾ ਦਬਰਤੇ ਆ ਇੰਨਾ ਤੇ ਜਾਨਵਰ ਬਣਾਇਆ ਤੋ ਨਾ ਪੁਰਸਤ ਨਹੀਂ ਲੁਕਦੀ ਨਾ ਜੀ ਲੋਕਾਂ ਦੇ ਘਰਾਂ 'ਚ ਪੁਲਸ ਜਾ ਆ ਬੜੀ ਲੋਕਾਂ ਨਹੀਂ ਆ ਹਰਤਾ ਦੇ ਗਰੀਬਾਂ ਪਾਰਛਲੇ ਜੋ ਕੁਝ ਇਸ ਪੁਲਸ ਵੀ ਕਰ ਦਿੱਤਾ ਆਪਣੀ ਨੌਕਰੀ ਦੇ ਪਿੱਛੇ ਜੇ ਲਈ ਬੇਈ ਆਈ ਔਰ ਬਗਾਰਤੀ ਕਰ ਦਿੱਤੀ ਉਸ ਤੋਂ ਬਾਅਦ ਦੱਸੋ ਵੀ ਟਰਾਂਸ ਜੈਂਡਰ ਦੀ ਗੱਲ ਉਹਨਾਂ ਨੂੰ ਕਿੱਥੋਂ ਸਮਝ ਆਣੀ ਸੀ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਟਰਾਂਸ ਜੈਂਡਰ ਜਿਹੜੇ ਹੁੰਦੇ ਨੇ ਨਾ ਕੋ ਆਮ ਲੋਕੀ ਨਹੀਂ ਹੁੰਦੇ ਉਹ ਉਹਨਾਂ ਦੇ ਉਹਨਾਂ ਦੇ ਬੀਤ ਕੋ ਦਰਸ਼ਨ ਨਹੀਂ ਹੁੰਦਾ ਉਹਨਾਂ ਨੇ ਹੋਰ ਇਸ ਤਰ੍ਹਾਂ ਕੀ ਲੂਜ਼ ਕਰਨਾ ਚੁੱਤ ਤੁਸੀਂ ਉਹਨਾਂ ਜੋਤੂ ਫਿਓ ਨਾਤੇ ਨਾ ਆਤਰ ਜ਼ੇਮਲ ਵਰਦੀ ਸੋਸਾਇਟੀ ਦੇ ਵਿੱਚ ਉਹਨਾਂ ਤੋਂ ਅਟਾ ਕਦਰ ਤਾਰੇ ਨਾ ਪੰਡਾ ਲਈ ਉਹਨਾਂ ਦਿੰਦੇ ਉਹਨਾਂ ਸ਼ਨਾਖਤ ਦਿੰਦੇ ਉਹਨਾਂ ਨੂੰ ਪ੍ਰਾਪਰਟੀ ਸ਼ੈਰੀ ਸਮਝਦੇ ਹੋ ਨਾ ਪੰਡਾ ਦਿੰਦੇ ਉਹਨਾਂ ਨੌਕਰੀ ਦਿੰਦੇ ਉਹਨਾਂ ਇੱਜ਼ਤ ਦਿੰਦੇ ਉਹ ਤੁਹਾਡੇ ਕੋ ਕਾਦਰ ਨੋਈ ਸੋਸਾਇਟੀ ਕੋ ਇਸ ਸੋਸਾਇਟੀ ਦੇ ਕਿਸੇ ਵੀ ਸਿਸਟਮ ਦੇ ਵਿੱਚ ਉਹ ਕਿਉਂ ਦਰਨ ਇਹ ਇਸ ਲਈ ਉਹ ਉਹਨਾਂ ਨੂੰ ਜਦੋਂ ਤੁਸੀਂ ਨੁਕਰੇ ਤੇ ਪਹਿਲਾਂ ਹੀ ਲਾਇਆ ਜਦੋਂ ਨੁਕਰ ਤੋਂ ਮਿਦਾਂ ਕੇ ਤੇ ਕੱਲ ਲੰਦੀ ਕੋਸ਼ਿਸ਼ ਕਰਦੇ ਹੋ ਫਿਰ ਉਹ ਇਕੱਠੇ ਹੋ ਕੇ ਪੈ ਜਾਂਦੇ ਨੇ ਉਹੀ ਕੰਮ ਹੋਇਆ ਉਹ ਪੈ ਗਏ ਇਕੱਠੇ ਹੋ ਕੇ ਪੁਰਸਾਲ ਨੇ ਤੀਤਾਜੀ ਦੇ ਪਹਿਲਾਂ ਤੋਂ ਉਹਨਾਂ ਨਾਲ ਠਕਾ ਕਰਨ ਦੀ ਕੋਸ਼ਿ ਜਦੋਂ ਉਹਨਾਂ ਡਕੀਆਤੇ ਉਤੋਂ ਇੰਦ ਰੱਖਦੇ ਉਤੋਂ ਕੋਈ ਕੋਈ ਜਿਹੜੀ ਹੈ ਨਾ ਉਹ ਛੋਟੀ ਛੋਟੀ ਤੋਲ ਲਈ ਤੇ ਉਹਦੇ ਨਾਲ ਉੱਤੇ شدید ਤੇ ਚੰਦਕੀਤਾ ਫਿਰ ਪੋਰਟੇਟਲੇ ਫਤਲੇਟ ਕੋ ਨੂੰ ਡਾਲਿਆ ਨੀ ਬਾਕੇ ਦਿੱਤੇ ਥਾਣੇ ਲੈ ਦੇ ਉੱਥੇ ਉਹਦੇ ਕੋਲੋਂ ਪੈਸੇ ਪੂਸੇ ਵੀ ਖੋਲ ਆਏ ਤੇ ਉੱਥੇ ਉਹਦੇ ਕੋਲੋਂ ਪਰਸ ਵੀ ਖੋਲਿਆ ਮੋਬਾਈਲ ਵੀ ਖੋਲਿਆ ਉਹਨੇ ਜਾ ਕੇ ਆਪਣੇ ਨਾਲ ਵਾਲੇ ਖਵਾਜਾ ਸਰਾਵਨ ਦੱਸਿਆ ਖਵਾਜਾ ਸਰਾਵਨ ਨੇ ਕਿਹਾ ਵੀ ਇਹ ਨਾ ਨੇ ਤੇ ਆਮ ਪਾਕਿਸਤਾਨੀ ਨਹੀਂ ਸਮਝ ਮਲੀਆ ਇਹ ਮਸਾਲੇ ਪਾਕਿਸਤਾਨੀ ਨਹੀਂ ਕਰਾਂ ਦੀ ਬੜੀ ਬੁਰੀ ਆ ਰਹੇ ਨੇ ਸਭ ਕੁਝ ਕਰ ਰਹੇ ਨੇ ਨਾਲ ਦਾ ਖਵਾਜਾ ਸਰਾਵ ਵੀ ਉਹ ਜਾਈ ਨਹੀਂ ਮੈਂ ਕਿਹਾ ਨਾ ਅਸੀਂ ਆਮ ਪਾਕਿਸਤਾਨੀ ਨਹੀਂ ਉਹਨਾਂ ਫਿਰ ਵਾਪਸ ਰਿਵਰਸ ਤੇ ਨਿੰਨਣ ਕੀਤੀ ਸੀ ਉਹਨਾਂ ਐਸਾ ਸੌਫਟਵੇਅਰ ਅਪਡੇਟ ਕੀਤਾ ਵੀ ਉਸ ਸਾਰੇ ਵੇਖੀ ਹੈ ਤੇ ਉਸ ਤੋਂ ਬਾਅਦ ਚੰਦ ਕੈਂਟਿਆਂ ਦੇ ਵਿੱਚ ਵਿੱਚ ਆਈਜੀ ਸਾਹਿਬ ਨੇ ਉੱਥੋਂ ਇੱਕ ਵੇਖਣ ਵਾਲੇ ਬੰਦੇ ਨੇ ਮੈਨੂੰ ਦੱਸਿਆ ਅੰਦਰੋਂ ਸੀਨੀਅਰ ਅਫਸਰ ਨੇ ਕਿ ਆਈਜੀ ਸਾਹਿਬ ਨੇ ਕਿਹਾ ਉਹ ਇਨਾ ਕੋਲੋਂ ਬਚੋ ਇਨਾ ਸ਼ਾਮੀ ਮੇਰੇ ਘਰ ਦੇ ਤੇ ਆ ਜਾਣਾ ਹੈ ਤੇ ਇੱਥੇ ਜਿਹੜੇ ਲੋਹਰਾਂ ਦੇ ਖਵਾਜੇ ਸੜਾਉਂ ਨੇ ਨਾ ਇਹਨਾਂ ਦਾ ਕੱਟ ਬੜਾ ਹੈ ਇਹਨਾਂ ਦਾ ਨੈਟਵਰਕ ਇੱਕ ਜਿੰਨਾ بڑا ਹੁੰਦਾ ਹੈ ਉਹਨਾਂ ਇੱਥੇ ਫੋਨ ਕਰ ਦੇਣਾ ਤੇ ਲੋਹਰਾਂ ਵਾਲੇ ਮੇਰੇ ਘਰ ਦੇ ਸਾਹਮਣੇ ਆ ਕੇ ਕਪੜੇ ਲਾ ਕੇ ਨਚਣ ਲੱਗ ਪਣਾ ਤੇ ਮੈਨੂੰ ਪਹਿਲਾ ਹੀ ਘਰ ਦੇ ਵਿੱਚ ਬੜੀ ਬਿਜ਼ੀ ਹੁੰਦੀ ਹੈ ਮੇਰੇ ਆਸ ਤੇ ਘਰਵੜਨਾ ਔਖਾ ਹੋ ਜਾਣਾ ਅਕਲ ਕਰੂ ਤੇ ਇਹਨਾਂ ਤੇ ਨਾਲ ਜਿਹੜਾ ਸੁਲਾ ਕਰੋ ਥੋੜੀ ਤੋਰ ਤੇ ਜੀ ਖਵਾਜਾ ਸਰਾਮਾ ਕੋਲ ਮਾਫੀ ਮੰਗੀ ਗਈ ਮੋਬਾਈਲ ਫੋਨ ਦਿੱਤਾ ਗਿਆ ਰੁਕਿਆ ਹੋਇਆ ਪੈਸਾ ਵਾਪਸ ਦਿੱਤਾ ਗਿਆ ਜਿਹੜੀ ਖਵਾਜਾ ਸਰਾਮਾ ਨੇ ਮਾਰ ਖੁੱਟ ਕੀਤੀ ਪੁਲਿਸ ਆ ਨੰਜਾ ਘੱਟ ਕੇ ਬਾਹਰ ਸੜਕ ਤੇ ਪਾਇਆ ਔਰ ਫਰਨੀਚਰ ਲਾ ਗਏ ਮਤਲਬ ਚੰਗਾ ਸੌਫਟਵੇਅਰ ਉਹਨਾਂ ਨੇ ਅਪਡੇਟ ਕੀਤਾ ਉਸ ਤੇ ਉਹਨਾਂ ਨੇ ਉਹਨਾਂ ਦੇ ਕੋਲੋਂ ਮਾਫੀ ਵੀ ਮੰਗੀ ਤੇ ਆਪਣੀ ਜਾਨ ਚੁ ਲਈ ਜੀ ਨਾਜ਼ਰੀਨ ਤੁਸੀਂ ਚਾਚਾ ਸ਼ਕੂਰ ਦੀਆਂ ਗੱਲਾਂ ਸੁਣੀਆਂ ਤੇ ਇਹਦੇ ਨਾਲ ਹੀ ਸਾਨੂੰ ਪਤਾ ਚੱਲਿਆ ਹੈ ਕਿ ਪੁਲਿਸ ਥਾਣੇ ਤੇ ਹਮਲਾ ਕਰਨ ਵਾਲੇ ਤੇ ਪੁਲਿਸ اہلਕਾਰਾਂ ਨਾਲ ਮਾਰਕੁੱਟ ਕਰਨ ਵਾਲੇ 27 ਖਵਾਜਾ ਸਰਾਵਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਕਾਫੀ ਸਾਰੇ ਖਵਾਜਾ ਸਰਾਵਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਆਈਜੀ ਪੰਜਾਬ ਨੇ ਇਸ ਵਾਕਏ ਤੇ ਨੋਟਿਸ ਲੈਣੇ ਹੋਏ ਆਂ ਦੋਵੇਂ اہلਕਾਰਾਂ ਨੂੰ ਮੁਲਾਜ਼ਮਤ ਮੁਅਤਲ ਕਰਕੇ ਤੇ ਉਹਨਾਂ ਦੇ ਖਿਲਾਫ ਮਹਿਕਮਾ ਨਾਲ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਤੇ ਇਹਦੇ ਨਾਲ ਹੀ ਮੈਨੂੰ ਤੇ ਚਾਚਾ ਸ਼ਕੂਰ ਨੇ ਦੇਵੋ ਇਜਾਜ਼ਤ ਅੱਲਾਹ ਫੇਰ